ਭਾਈ ਨੇ ਇਹ ਵੀ ਸਾਡੇ ਕੋਲ ਆਏ ਨੇ ਪਕੌੜੇ ਖਾਣ ਵਾਸਤੇ, ਇਹ ਤਾਂ ਕੋ ਗਰਮ ਗਰਮ ਤੇ ਫਰੈਸ਼ ਪਕੌੜੇ। ਕੈਮਰਾ ਤਾਂ ਚਾਲੂ ਜੇ, ਇਹ ਬੰਦਾ ਕੈਮਰਾ ਤਾਂ ਚਾਲੂ ਵੀ ਨਵਾਜ਼ ਸ਼ਰੀਫ ਪੱਥਰ ਹੀ ਬਣਿਆ ਜੀ। ਤੇ ਇਹ ਜੀ ਪਕੌੜੇ ਨੇ ਗਰਮਾ ਗਰਮ ਨਿਕਲ ਰਹੇ ਨੇ, ਜ਼ਬਰਦਸਤ ਕਿਸਮ ਦੇ ਪਕੌੜੇ। ਇਹ ਤੁਸੀਂ ਚੈੱਕ ਕਰ ਸਕਦੇ ਹੋ, ਜਲਦੀ ਕੱਢ ਸੜ ਜਾਣੇ ਜੀ। ਠੀਕ ਹੈ, ਅਗਰ ਵੀਵਰ ਤੁਹਾਡਾ ਦਿਲ ਹੋਏ ਤਾਂ ਸਾਡੇ ਕੋਲ ਆਓ ਪਕੌੜੇ ਸ਼ਕੌੜੇ ਖਾਣ। ਠੀਕ ਹੈ ਜੀ, ਅਤੇ ਇਹ ਜਨਾਬ ਜੀ ਸਵਾਦ ਰੀ ਰੋਟੀਆਂ ਲਾ ਰਹੇ ਨੇ, ਕੜੀ ਪਕੌੜਾ ਬਣ ਰਿਹਾ ਅੱਜ ਜ਼ਬਰਦਸਤ। ਠੀਕ ਹੈ, ਗਰਮਾ ਗਰਮ ਰੋਟੀ, ਠੀਕ ਹੈ ਜੀ, ਅਤੇ ਨਾਲ ਕੜੀ ਪਕੌੜਾ। ਹਾਂਜੀ ਜਨਾਬ, ਅਸਲਾਮ ਵਾਲੇਕੁਮ ਫਵਾਦ ਭਾਈ, ਕੈਸੇ ਆਪ? ਠੀਕ ਹੈ, ਅੱਲਾ ਕਾ ਸ਼ੁਕਰ ਹੈ। ਕਹਾਂ ਸੇ ਆਏ ਜੀ ਹਮਾਰੇ ਪਾਸ ਆਪ ਪਕੌੜੇ ਖਾਣੇ ਕੇ ਲੀਏ? ਠੀਕ ਹੈ, ਵੈਲਕਮ ਹੋ ਗਿਆ ਜੀ। ਰਾਜਾ ਸਾਹਿਬ ਕੋ ਵੀ ਪਕੌੜੇ ਖਿਲਾਏ ਜੀ। ਰਾਜਾ ਸਾਹਿਬ ਕੈਸੇ ਹੈ? ਮੈਂ ਨਹੀਂ ਖਾਦੇ। ਖਾ ਲਓ ਨਾ ਯਾਰ, ਆ ਜਾਓ ਨਾ ਯਾਰ, ਆਓ ਨਾ, ਸੀਰੀਅਸ ਵੀ ਇਧਰ ਆਓ, ਮੈਂ ਪਿੱਛੇ ਆ ਜਾਣਾ ਕੈਮਰਾ ਲੈ ਕੇ। ਹਾਂਜੀ ਵੀਵਰ, ਮਸ਼ਹੂਰੀ ਕੇ ਬਾਅਦ ਨਵੇਂ ਪਕੌੜੇ ਆ ਗਏ ਹੈ। ਲਓ ਜੀ ਪਕੌੜੇ, ਗਰਮਾ ਗਰਮ ਫਰੈਸ਼ ਪਕੌੜੇ, ਜ਼ਬਰਦਸਤ ਪਕੌੜੇ। ਸਾਈਡ ਚੇਂਜ ਕਰ ਇਹਨਾਂ ਦੀ ਜਲਦੀ ਕਰ, ਇੱਕ ਗੈਸਟ ਆ ਰਿਹਾ, ਉਹਨੂੰ ਪਕੌੜੇ ਖਵਾਉਣੇ ਨੇ। ਹਾਂ ਗੈਸਟ ਆ ਰਿਹਾ, ਗੈਸਟ ਹੈ ਇੱਕ।